ਤੁਸੀਂ ਦੇਖ ਰਹੇ ਹੋ ਇਹ ਕਿਸੇ ਦਰਿਆ ਜਾਂ ਨਦੀ ਦਾ ਨਹੀਂ ਹੈ। ਇਹ ਘਨੌਰ ਇਲਾਕੇ 'ਚ ਪੈਂਦੇ ਪਿੰਡ ਪਿੱਪਲ ਮੰਗੌਲੀ ਦਾ ਹੈ, ਜਿੱਥੇ ਪੂਰਾ ਪਿੰਡ ਜਲ ਥਲ ਹੋਇਆ ਪਿਆ। ਤੁਸੀਂ ਦੇਖ ਸਕਦੇ ਹੋ ਕਿੰਨਾ ਤੇਜ਼ ਵਹਾਅ ਹੈ। ਇਹ ਸੜਕ ਹੈ ਅਤੇ ਪਰਲੇ ਪਾਸੇ ਖੇਤ ਨੇ, ਅਤੇ ਜਿਹੜਾ ਸਾਰਾ ਇਹ ਪਾਣੀ ਹੈ ਇਹ ਪਿੰਡ ਵੱਲ ਦੀ ਜਾ ਰਿਹਾ, ਅਤੇ ਜਿੰਨੇ ਪਿੰਡ ਇਸ ਇਲਾਕੇ ਦੇ ਵਿੱਚ ਪੈ ਰਹੇ ਨੇ ਇਹ ਪਾਣੀ ਲਗਾਤਾਰ ਉੱਧਰ ਨੂੰ ਵੱਧ ਰਿਹਾ। ਤੁਸੀਂ ਦੇਖ ਸਕਦੇ ਹੋ ਪਾਣੀ ਦਾ ਵਹਾਅ ਕਿੰਨਾ ਜ਼ਿਆਦਾ ਤੇਜ਼ ਹੈ। ਇਹ ਇੱਕ ਦਰਿਆ ਵਰਗਾ ਦ੍ਰਿਸ਼ ਇੱਥੇ ਬਣਿਆ ਹੋਇਆ, ਅਤੇ ਬਹੁਤ ਜ਼ਿਆਦਾ ਤੇਜ਼ ਵਹਾਅ ਦੇ ਵਿੱਚ ਇੱਥੋਂ ਪਾਣੀ ਬਾਕੀ ਪਿੰਡਾਂ ਵਿੱਚ ਜਾ ਰਿਹਾ। ਮੈਂ ਦਿਖਾਊਂਗੀ ਕਿ ਪੂਰਾ ਜਿਹੜਾ ਰਕਬਾ ਹੈ ਤੁਸੀਂ ਦੇਖ ਸਕਦੇ ਹੋ ਪਾਣੀ 'ਚ ਡੁੱਬਿਆ ਹੋਇਆ। 3000 ਰੁਪਇਆ ਕਿੱਲਾ ਦਿਹਾੜੀ ਦੇ ਕੇ ਜਿਹੜੇ ਕਿਸਾਨਾਂ ਨੇ ਆਪਣੀ ਫਸਲ ਇੱਥੇ ਝੋਨਾ ਲਵਾਇਆ ਸੀ, ਅੱਜ ਉਹ ਸਾਰਾ ਪਾਣੀ 'ਚ ਰੁੜਦਾ ਦਿਖ ਰਿਹਾ। ਇੱਥੇ ਕੁਝ ਪਿੰਡ ਵਾਸੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਹੋ ਜਿਹੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੁਸੀਂ ਇੱਥੋਂ ਦੇ ਸਰਪੰਚ ਹੋ, ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਇੱਥੋਂ ਇਲਾਕਾ ਨਿਵਾਸੀ ਵੀ ਹੋ, ਇਹ ਪਾਣੀ ਕਦੋਂ ਇਸ ਪਿੰਡ ਦੇ ਵਿੱਚ ਆਇਆ ਅਤੇ ਕਿਹੋ ਜਿਹੇ ਹਾਲਾਤ ਇਸ ਪਿੰਡ ਦੇ ਵਿੱਚ ਬਣੇ? ਇਹ ਤਾਂ ਇੱਕ ਵਾਰੀ ਅੱਜ ਕੋਈ 2002 'ਚ ਵੀ ਆਇਆ ਸੀ ਪਾਣੀ, ਉਸ ਲਈ ਇਸ ਤੋਂ ਵੀ ਕਿਤੇ 2 ਗੁਣਾ ਜ਼ਿਆਦਾ ਸਭ ਘਰਾਂ 'ਚ ਵੜ ਗਿਆ ਸੀ, ਅਤੇ ਤੂੜੀ ਦੇ ਕੁੱਪ ਸਾਰੇ ਰੁੜ ਗਏ ਸਨ, ਅਤੇ ਘਰਾਂ 'ਚ ਪਾਣੀ ਵੜ ਕੇ ਸਮਾਨ ਅਤੇ ਦਾਣੇ ਸਾਰੇ ਖਰਾਬ ਹੋ ਗਏ ਸਨ ਲੋਕਾਂ ਦੇ ਕਾਫੀ। ਐਤਕੀ ਚਲੋ ਇੰਨਾ ਬਚਾਅ ਜ਼ਰੂਰ ਹੈ ਵੀ ਪਾਣੀ ਓਨਾ ਨਹੀਂ, ਫਿਰ ਵੀ ਆ ਜਿਹੜੇ ਸਾਹਮਣੇ ਤੁਸੀਂ ਵੇਖ ਰਹੇ ਹੋ ਕਿੱਲਿਆਂ ਦੇ ਕਿੱਲੇ ਜੀਰੀ ਲੱਗੀ ਪਈ, ਕਿਸਾਨਾਂ ਦੀ ਬੜੀ ਸਾਰੀ ਇਹ ਮਰ ਗਈ ਹੈ। ਇਹਦਾ ਪਾਣੀ ਅਜੇ 2 ਦਿਨ ਮੇਰੇ ਹਿਸਾਬ 'ਚ ਉਤਰਦਾ ਨਹੀਂ। 3000 ਰੁਪਇਆ ਇਸਦੀ ਲਵਾਈ ਦਿੱਤੀ ਹੋਈ ਹੈ, ਬਾਕੀ ਵਹਾਈ ਟਰੈਕਟਰਾਂ ਦੀ ਤੇਲ ਅਤੇ ਖਾਦਾਂ ਅਤੇ ਚਾਹਵਾਂ ਪਾਣੀ ਭਈਆਂ ਦੀਆਂ, ਜਿਹੜੋ ਗੀਰਿਆਂ ਦੇ ਗੀਰੇ ਥਾਪੀਆਂ ਦਿੱਤੀਆਂ ਹੋਈਆਂ ਨੇ ਚਾਹਵਾਂ ਬਣਾਉਣ ਅਤੇ ਰੋਟੀਆਂ ਬਣਾਉਣ, ਅਤੇ ਉਹ ਕਿਸਾਨ ਉਸ ਕਰਜ਼ੇ ਨਾਲ ਥੱਲੇ ਦੱਬਿਆ ਪਿਆ। ਇਹ 'ਚੋਂ ਕੋਈ ਮਿਹਨਤ ਨਹੀਂ, ਉਹਨੇ 'ਚੋਂ ਬਚ ਜਾਏ ਅਤੇ ਬਚ ਜਾਏ ਜੇ ਕੁਦਰਤੀ ਪਾਣੀ ਉੱਤਰ ਜਾਏ ਤਾਂ ਫਿਰ ਭਾਵੇਂ ਬਚ ਜਾਏ ਥੋੜ੍ਹੀ ਬਹੁਤੀ, ਨਹੀਂ ਤਾਂ। ਕਿੰਨਾ ਕੁ ਨੁਕਸਾਨ ਹੁਣ ਤੱਕ ਤੁਹਾਡੇ ਵੱਲੋਂ ਦੇਖਿਆ ਗਿਆ ਕਿ ਕਿੰਨੇ ਕੁ ਪਿੰਡ ਮਾਰ ਹੇਠਾਂ ਆ ਚੁੱਕੇ? 8 ਪਿੰਡ ਨੇ ਜਿੱਥੇ ਆਪਾਂ ਖੜ੍ਹੇ ਹਾਂ, ਇਹ ਜੰਡ ਮੰਗੌਲੀ, ਊਂਟਸਰ, ਸ਼ਮਸ਼ਪੁਰ, ਰਾਏਪੁਰ, ਨਰੇੜੀ, ਬੱਲੋਪੁਰ, ਸੰਧਾਰਸੀ ਅਤੇ ਪਿੱਪਲ ਮੰਗੌਲੀ। ਅਤੇ ਮੈਨੂੰ ਇਹ ਦੱਸੋ ਕਿ ਪ੍ਰਸ਼ਾਸਨ ਵੱਲੋਂ ਕੋਈ ਪਟਵਾਰੀ, ਕੋਈ ਤਹਿਸੀਲਦਾਰ, DC ਇੱਥੇ ਆਇਆ, ਉਹਨਾਂ ਨੇ ਜਾਇਜ਼ਾ ਲਿਆ ਵੀ ਕਿੰਨਾ ਕੁ ਪਿੰਡਾਂ ਦੇ ਵਿੱਚ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਹੁਣ ਤੱਕ? ਅਜੇ ਉਹ ਲਿਖਣ ਦਾ ਤਾਂ ਉਹਨਾਂ ਦਾ ਕੋਈ ਪਤਾ ਨਹੀਂ ਲੱਗਾ। ਕੱਲ੍ਹ ਵੀ ਉਹਨੇ ਤਹਿਸੀਲਦਾਰ ਨੇ ਗੇੜਾ ਮਾਰਿਆ ਸੀ ਪਰਲੇ ਪਾਸਿਓਂ, ਉੱਥੋਂ ਦੀ ਉਹ ਜੰਡ ਮੰਗੌਲੀ ਤੋਂ ਹੋ ਕੇ ਅਤੇ ਪਿੱਪਲ ਮੰਗੌਲੀ 'ਤੇ ਲੰਘ ਗਿਆ ਸੀ, ਅਤੇ ਸਾਡਾ ਜਿਹੜਾ ਇਸ ਇਲਾਕੇ ਦਾ ਪਟਵਾਰੀ ਹੈ ਉਹ ਪਾਣੀ ਤੋਂ ਥੋੜ੍ਹਾ ਜਿਹਾ ਡਰਦਾ। ਕੱਲ੍ਹ ਵੀ ਪਾਣੀ ਤੋਂ ਪਿੱਛਾ ਨੂੰ ਪਰਤ ਗਿਆ ਸੀ ਅਤੇ ਅੱਜ ਵੀ ਪਾਣੀ ਤੋਂ ਪਿੱਛਾ ਪਰਤ ਕੇ ਉਹ ਵਾਪਸ ਚੱਲ ਗਿਆ, ਪਾਣੀ ਜਗ੍ਹਾ ਨਹੀਂ ਆਉਂਦਾ, ਥੋੜ੍ਹਾ ਜਿਹਾ ਕਾਰਪੁਰ ਚੱਲਦੀ ਨਹੀਂ ਹੈਗੀ। ਦੇਖੋ ਇਹ ਹੜ੍ਹ ਪ੍ਰਭਾਵਿਤ ਇਲਾਕਾ ਜ਼ਰੂਰ ਹੈ, ਕੀ ਲੱਗਦਾ ਪ੍ਰਸ਼ਾਸਨ ਵੱਲੋਂ ਇੱਥੇ ਪਾਣੀ ਦੇ ਨਿਕਾਸ ਦਾ ਕੋਈ ਹੀਲਾ ਕਿਉਂ ਨਹੀਂ ਬਣਾਇਆ ਗਿਆ? ਕੋਈ ਡਰੇਨ, ਕੋਈ ਸੀਵਰੇਜ 'ਚੋਂ ਪਾਣੀ ਕਿਉਂ ਨਹੀਂ ਜਾ ਰਿਹਾ? ਇਹ ਬਿਲਕੁਲ ਨਹੀਂ ਕੀਤਾ ਜਾ ਰਿਹਾ ਜੀ। ਇੱਕ ਉਹ ਸਾਹਮਣੇ ਆਪਾਂ ਖੜ੍ਹੇ ਜਿੱਥੇ ਸ਼ਬੈਤੇ ਨੇ, ਉੱਥੇ ਇੱਕ ਨਾਲੀ ਜਾਂਦੀ ਬੜੀ ਡੂੰਘੀ, ਅਤੇ ਉਹ ਅੱਗੇ ਜਾ ਕੇ ਉਹਦੇ 'ਚ ਪਾਣੀ 'ਚ ਜਿੱਥੇ ਕਾਲਾ ਪਾਣੀ ਜਾਂਦਾ ਨਾ ਘੱਗਰਾ, ਉਹ 'ਚ ਵੜ ਜਾਂਦੀ ਹੈ, ਪਰ ਉਹ ਵੀ ਬੰਦ ਪਈ ਹੈ। ਉਹ ਨਿਕਲ ਜਾਏ ਤਾਂ ਪਾਣੀ ਛੇਤੀ ਲੈ ਜਾਵੇ, ਪਰ ਜਿਹੜੀ ਆਪਣੀ ਘੱਗਰ ਨਹੀਂ ਸਾਫ਼ ਹੋ ਰਹੀ, ਘੱਗਰ ਦਾ ਜਦੋਂ ਪਾਣੀ ਜ਼ਿਆਦਾ ਹੋ ਜਾਂਦਾ ਅੱਗੇ ਦਰਖਤਾਂ ਨਾਲ ਘਾਹ ਰੁਕ ਜਾਂਦੇ ਨੇ, ਘਾਹ ਰੁਕਣ ਕਰਕੇ ਪਾਣੀ ਪਿੱਛੇ ਚੜ ਜਾਂਦਾ। ਇਹ ਘੱਗਰ ਦਾ ਪਾਣੀ ਹੈ ਕਿ ਮੀਹਾਂ ਦਾ ਪਾਣੀ? ਦੋਵੇਂ ਚੀਜ਼ਾਂ ਦਾ ਪਾਣੀ, ਘੱਗਰ ਦਾ ਵੀ ਅਤੇ ਇਲਾਕੇ ਦਾ ਵੀ। ਅਤੇ ਕੀ ਲੱਗਦਾ ਪ੍ਰਸ਼ਾਸਨ ਵੱਲੋਂ ਕੋਤਾਹੀ ਕਿੱਥੇ ਹੋ ਰਹੀ ਹੈ ਹੁਣ ਤੱਕ? ਕੀ ਇੱਥੋਂ ਕੋਈ ਘਰ ਖਾਲੀ ਕਰਵਾਏ ਗਏ ਨੇ, ਕੋਈ ਇੱਦਾਂ ਦੀ ਇਸ ਤਰ੍ਹਾਂ ਦਾ ਨੋਟਿਸ ਆਇਆ ਕੋਈ? ਨਹੀਂ, ਉਹ ਤਾਂ ਅਜੇ ਨਹੀਂ ਆਇਆ ਕੋਈ, ਅਜੇ ਨਹੀਂ ਪਾਣੀ ਉਨਾ ਆਇਆ। ਜਿਹੜਾ ਪਾਣੀ 2002 'ਚ ਆਇਆ ਸੀ ਨਾ, ਉਹ ਤਾਂ ਇਸ ਨੂੰ 2 ਗੁਣਾ ਜ਼ਿਆਦਾ ਸੀ, ਬਸ ਉਹ ਘਰਾਂ ਦਾ ਜੇ ਬਚਾਅ ਹੈ। ਬਾਕੀ ਖੇਤਾਂ ਦਾ ਤੁਸੀਂ ਸਾਹਮਣੇ ਵੇਖ ਰਹੇ ਹੋ, ਇਹ ਵੀ ਸਾਹਮਣੇ ਸਾਰੀ, ਅਤੇ ਪਿਛਲੇ ਬੰਨੇ ਵੀ ਸਾਰੀ ਹੈ, ਸਾਰੀ ਜੀਰੀ ਲੱਗੀ ਡੁੱਬੀ ਪਈ। ਕੁਝ ਹੋਰ ਇਲਾਕਾ ਨਿਵਾਸੀ ਹੈ, ਕੀ ਦਿੱਕਤ ਆਈ ਹੈ ਜੀ ਜਦੋਂ ਦਾ ਪਾਣੀ ਹੁਣ ਤੱਕ ਚੜਿਆ? ਦੇਖੋ ਜੀ, ਹੁਣ ਤੱਕ ਹੈ ਜੋ ਫਸਲ ਹੈ ਸਾਰਾ ਡੁੱਬ ਚੁੱਕਾ ਹੈ, ਜੀਰੀਆਂ ਲੱਗੀਆਂ ਪਈਆਂ ਨੇ, ਅੱਜ 2-2 ਮਹੀਨੇ ਜੀਰੀਆਂ ਲੱਗੀਆਂ, ਜਿਹੜੀਆਂ ਅੱਜ 4th ਦਿਨ ਹੋ ਗਿਆ ਪਾਣੀ ਚੜੇ ਨੂੰ, ਕੋਈ ਗੱਲਬਾਤ ਨਹੀਂ ਬਣ ਰਹੀ, ਲੈ ਨਹੀਂ ਰਿਹਾ ਜੀ ਬਸ। ਅਤੇ ਕੁਝ ਹੋਰ ਇਲਾਕਾ ਨਿਵਾਸੀ ਨੇ ਜੀ, ਬਾਬਾ ਜੀ ਆਹ ਪਾਣੀ ਕਦੋਂ ਆਇਆ, ਕਦੋਂ ਦਾ ਚੜ੍ਹ ਕੇ ਆਇਆ ਹੋਇਆ ਅਤੇ ਕੀ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ? ਹਾਂਜੀ ਹਾਂਜੀ ਹਾਂਜੀ, ਬੋਲਿਓ ਜਦ ਆਇਆ ਤਾਂ ਜੇ 2-3 ਦਿਨ ਹੋ ਗਿਆ, ਹਾਂ ਹੁੰਦਾ ਜਾ, ਯਾਨੀ ਅੱਗੇ ਨਿਕਾਸੀ ਕੋਈ ਨਹੀਂ ਹੈ। ਕੀ ਨਿਕਾਸੀ ਦਾ ਕੋਈ ਪ੍ਰਬੰਧ ਕੀਤਾ ਗਿਆ ਸੀ? ਨਾ ਜੀ, ਕੀਤਾ ਨਹੀਂ ਹੈ ਨਿਕਾਸੀ ਦਾ, ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਤੇ ਘਰਾਂ 'ਚ ਪਾਣੀ ਵੜਿਆ, ਕੁਝ ਘਰਾਂ 'ਚ ਪਿੰਡ 'ਚ ਪਾਣੀ ਵੜਿਆ ਸੀ? ਹਾਂ ਜੀ ਹਾਂ, ਵੜਿਆ ਸੀ, ਵੜਿਆ ਸੀ, ਪਹਿਲਾਂ ਤਾਂ ਬਹੁਤ ਨੁਕਸਾਨ ਹੋਇਆ ਜੀ, ਬਹੁਤ ਜ਼ਿਆਦਾ ਵੜਿਆ ਪਾਣੀ, ਹਾਂ ਹਾਂ, ਕੁਝ ਵੀ ਨਹੀਂ, ਸਾਰੇ ਦਾਣੇ ਦੂਣੇ ਸਾਰੇ ਹੱਲ ਗਏ ਸੀ, ਹਾਂ ਇੱਧਰ ਨਾ ਰਹੀ ਜੀ। ਸੋ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਜਿਹੜਾ ਇੰਨਾ ਵਹਾਅ ਹੈ ਇਹ ਪਾਣੀ ਦਾ, ਇਹ ਘੱਗਰ ਦਾ ਪਾਣੀ ਹੈ ਅਤੇ ਜਿਹੜਾ ਮੀਹਾਂ ਦਾ ਪਾਣੀ ਹੈ ਰਲ ਕੇ ਪਰਲੀ ਸਾਈਡ ਤੋਂ ਇੱਧਰ ਨੂੰ ਜਾ ਰਿਹਾ, ਲਗਾਤਾਰ ਇਹਦੇ 8-9 ਪਿੰਡ ਨੇ ਉਹਨਾਂ ਨੂੰ ਪ੍ਰਭਾਵਿਤ ਕਰ ਰਿਹਾ। ਅਤੇ ਪ੍ਰਸ਼ਾਸਨ ਵੱਲੋਂ ਹਜੇ ਤੱਕ ਇੱਥੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਕੋਈ ਪ੍ਰਸ਼ਾਸਨ ਦਾ ਬੰਦਾ ਹਜੇ ਤੱਕ ਇੱਥੇ ਨਹੀਂ ਆਇਆ, ਕੁਝ ਘਰਾਂ 'ਚ ਵੀ ਹਾਲਾਂਕਿ ਪਾਣੀ ਗਿਆ ਸੀ ਪਰ ਕੋਈ ਮਦਦ ਜਾਂ ਫਿਰ ਕਿਸੇ ਤਰ੍ਹਾਂ ਦੀ ਹਜੇ ਇੱਥੇ ਕਾਰਵਾਈ ਨਹੀਂ ਕੀਤੀ ਗਈ ਕਿ ਲੋਕਾਂ ਨੂੰ ਇੱਥੋਂ ਸੇਫ ਬਾਹਰ ਕੱਢਣਗੇ ਨਹੀਂ ਕੱਢਣਗੇ, ਕਿਉਂਕਿ ਹਜੇ ਤੱਕ ਤਾਂ ਸਿਰਫ ਪਾਣੀ ਸੜਕਾਂ 'ਤੇ ਹੀ ਹੈ।
ਪਰ ਹਜੇ ਤੱਕ ਘਰੇ ਨਹੀਂ ਘਰਾਂ ਵਿੱਚ ਨਹੀਂ ਹੈ ਪਰ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਇੱਥੇ ਹਾਲਾਤ ਬਣੇ ਹੋਏ ਨੇ ਜਲਦ ਇਹ ਪਾਣੀ ਘਰਾਂ 'ਚ ਵੀ ਜਾ ਸਕਦਾ ਅਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ। ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਸਪਨ ਦਈਆ, ਦੈਨਿਕ ਸਵੇਰਾ ਟੀਵੀ, ਘਨੌਰ।